ਲੁੱਟ ਹੋਈ। ਇੱਕ ਐਨ.ਆਰ.ਆਈ ਸੀ, ਯੂ.ਐਸ.ਏ ਦਾ ਰੈਜ਼ੀਡੈਂਟ ਹੈ ਹਰਵਿੰਦਰ ਸਿੰਘ ਸੰਧੂ। ਉਹ ਆਪਣੀ ਵਾਈਫ ਅਤੇ ਭੂਆ ਨਾਲ ਇੱਥੇ ਆਪਣਾ ਮਹਿੜੂ ਪਿੰਡ, ਉਹਨਾਂ ਦੀ ਜ਼ਮੀਨ ਸੀ ਉਹਦੀ ਭੂਆ ਦੀ, ਅਤੇ ਕੱਕੜਕਣਾ ਥਾਣਾ ਲੋਹੀਆਂ ਤੋਂ ਇੱਥੇ ਅੱਜ ਫਾਰਚੂਨਰ ਕਾਰ ਦੇ ਵਿੱਚ ਸ਼ਹੀਦਾਂ ਦੀ ਜਗ੍ਹਾ 'ਤੇ ਮੱਥਾ ਟੇਕਣ ਆਏ ਸੀਗੇ। ਅਤੇ ਉੱਥੇ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀਗੇ, ਕਾਲੇ ਰੰਗ ਦੀ ਐਕਟਿਵਾ ਅਤੇ ਇੱਕ ਸਪਲੈਂਡਰ ਚਿੱਟੇ ਰੰਗ ਦਾ, ਤਿੰਨ ਬੰਦੇ ਉਸ 'ਤੇ ਸਵਾਰ ਸੀ। ਕੋਈ ਪਿਸਟਲ ਵਰਗੀ ਕੋਈ ਚੀਜ਼ ਦਿਖਾ ਕੇ ਉਹਨਾਂ ਤੋਂ ਉਹਦੇ ਗਹਿਣੇ ਗੁਣੇ ਲੁੱਟ ਕੇ ਲੈ ਗਏ ਨੇ। ਅਤੇ ਮਾਮਲਾ ਸਾਡੀ ਹੁਣ ਨੌਲੇਜ 'ਚ ਆਇਆ, ਜਿੱਥੇ ਇਨਵੈਸਟੀਗੇਸ਼ਨ ਜਾਰੀ ਹੈ। ਸਟੇਟਮੈਂਟ ਲੈ ਕੇ ਅਸੀਂ ਹੁਣ ਆਪਣੀ ਕਾਰਵਾਈ ਸ਼ੁਰੂ ਕਰਾਂਗੇ ਅਤੇ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ। ਸਰ, ਕੈਸ਼ ਵਗੈਰਾ ਕਿੰਨਾ ਦੇ? ਕੈਸ਼ ਤੇ ਗਹਿਣੇ ਕਿੰਨੇ ਕਰ? ਗਹਿਣੇ 58 ਤੋਲੇ ਦੱਸਦੇ ਨੇ, 58 ਤੋਲੇ ਅੱਡ ਪਾਏ ਸੀ ਇਹਨੇ ਮੁੰਡੇ ਨੇ ਹਰਵਿੰਦਰ ਸੰਧੂ ਨੇ, ਅਤੇ ਇਹਦੀ ਵਾਈਫ ਕੋਲ ਸੀਗੇ ਅਤੇ ਇਹਦੀ ਭੂਆ ਸੀ, ਸੋਨਾ ਕੋਲ ਸੀ। ਸਰ, ਕੈਸ਼ ਕਿੰਨਾ ਦੇ? ਕੈਸ਼ 1,00,000 ਰੁਪਏ ਕੈਸ਼ ਸੀਗਾ। ਕੋਈ ਮੋਬਾਈਲ ਵਗੈਰਾ ਵੀ ਸੀ ਸਰ? ਹਾਂ, ਉਹ ਦੇਖਦੇ ਹਾਂ ਬੈਗ ਦੇ ਵਿੱਚ ਕੀ ਸੀ, ਹੁਣ ਸਟੇਟਮੈਂਟ ਰਿਕਾਰਡ ਕਰਾਂਗੇ ਇਹਨਾਂ ਦੀ, ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਕੰਮ ਕਰ ਦਿੱਤੀ ਜਾਏਗੀ। ਕੋਈ ਸੀਸੀਟੀਵੀ ਕੈਮਰੇ 'ਚ ਭਾਲ ਆਈ ਹੋਵੇ? ਹਾਂਜੀ, ਨਹੀਂ ਹਜੇ ਸਰ ਟੀਮਾਂ ਬਣਾਤੀਆਂ ਨੇ, 4 ਟੀਮਾਂ ਬਣਾਤੀਆਂ ਨੇ, ਐਸਪੀ ਸਾਹਿਬ ਦੀ ਇੱਕ, ਮੇਰੀ ਟੀਮ ਇੱਕ, ਇੱਕ SHO ਸਾਹਿਬ ਦੀ ਅਤੇ ਇੱਕ ਆਪਣਾ ਜਿਹੜੇ ਚੌਂਕੀ ਇੰਚਾਰਜ ਉਹਨਾਂ ਦੀ ਟੀਮ, 4 ਟੀਮਾਂ ਆਪਣੇ ਕੰਮ 'ਚ ਲਾਤੀਆਂ ਨੇ। ਜਲਦੀ ਇਹਨਾਂ ਨੂੰ ਅਸੀਂ ਕਾਬੂ ਕਰ ਲਵਾਂਗੇ।